ਸਤਿ ਸ਼੍ਰੀ ਅਕਾਲ ਜੀ ਮੈਂ ਅਮਨ ਸੰਧੂ ਜਿਵੇਂ ਕਿ ਅਸੀਂ ਆਪਣੀ ਪੋਸਟ ਜਿਹੜੀ ਆ ਅਪਡੇਟ ਕਰ ਦਿੱਤੀ ਹੋਈ ਆ ਕੈਨੇਡਾ ਦੀ ਐਗਜ਼ੀਬਿਸ਼ਨ ਦੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਕਿ ਜਿਹੜੀ ਸਾਡੀ ਪਹਿਲੀ ਐਗਜ਼ੀਬਿਸ਼ਨ ਹੈ ਉਹ ਸਰੀ ਦੇ ਵਿੱਚ ਹੋਊਗੀ ਅਤੇ ਸੈਕਿੰਡ ਜਿਹੜੀ ਆ ਉਹ ਅਸੀਂ ਕਰ ਰਹੇ ਹਾਂ ਕੈਲਗਰੀ ਦੇ ਵਿੱਚ ਔਰ ਥਰਡ ਐਗਜ਼ੀਬਿਸ਼ਨ ਜਿਹੜੀ ਉਹ ਸਾਡੀ ਬ੍ਰੈਂਪਟਨ 'ਚ ਹੋਊਗੀ ਅਤੇ ਸਰੀ ਦੀ ਜਿਹੜੀ ਐਗਜ਼ੀਬਿਸ਼ਨ ਹੈ ਉਹਦੀ ਡੇਟ ਫਾਈਨਲ ਹੋ ਗਈ ਆ ਔਰ ਉਹਦਾ ਵੈਨਿਊ ਫਾਈਨਲ ਹੋ ਗਿਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ ਹੈ ਵੀਡੀਓ ਬਣਾ ਰਹੀ ਹਾਂ ਉਹ ਹੈਗੀ ਹੈ ਜੀ 19 ਮਈ ਦੀ ਇਸੇ 19 ਮਈ ਦੀ ਆ ਦਿਨ ਸ਼ੁੱਕਰਵਾਰ ਬਣਦਾ ਹੈ ਫਰਾਈਡੇ ਔਰ ਐਡਰੈਸ ਹੈਗਾ ਜੀ ਧਾਰੀਵਾਲ ਬੈਂਕਟ ਹਾਲ ਤੁਸੀਂ ਨੋਟ ਕਰ ਲਓ 230-8166-228 ਸਟਰੀਟ ਸਰੀ ਅਸੀਂ ਇਹ ਜੀ ਸਕਰੀਨ 'ਤੇ ਵੀ ਫਲੈਸ਼ ਕਰ ਦਾਂਗੇ ਔਰ ਉਸ ਤੋਂ ਨੈਕਸਟ ਵੀਕ ਜਿਹੜੀ ਆ ਉਹ ਕੈਲਗਰੀ ਦੇ ਵਿੱਚ ਹੋਊਗੀ ਕੈਲਗਰੀ ਦੇ ਵਿੱਚ ਆਈ ਥਿੰਕ ਅਸੀਂ ਸੈਟਰਡੇ ਲਾਵਾਂਗੇ ਉੱਥੋਂ ਦਾ ਵੀ ਵੈਨਿਊ ਜਿਵੇਂ ਸਾਨੂੰ ਮਿਲਦਾ ਹੈ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਮੈਂ ਆਸ ਕਰਦੀ ਹਾਂ ਕਿ ਤੁਸੀਂ ਮੈਨੂੰ ਮਿਲਣ ਜ਼ਰੂਰ ਆਓਗੇ ਕਿਉਂਕਿ ਇਹਦੇ ਵਿੱਚ ਅਸੀਂ ਵੈਸਟਰਨ ਲਿਆ ਰਹੇ ਹਾਂ ਪੱਟਾਸ ਲੈ ਕੇ ਆ ਰਹੇ ਹਾਂ ਕਾਟਨ ਦੇ ਸੂਟਸ ਨੇ ਸੈਮੀ ਫਾਰਮਲ ਸੂਟਸ ਨੇ ਔਰ ਫਾਰਮਲ ਸੂਟਸ ਨੇ ਇੱਕ ਤੁਹਾਡਾ ਡਾਊਟ ਹੋਰ ਮੈਂ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਇਹ ਜਿੰਨਾ ਸਟਾਕ ਹੈ ਕੋਈ ਵੀ ਇਹਨੂੰ ਨਾਲ ਨਹੀਂ ਲੈ ਕੇ ਆ ਰਿਹਾ ਇਹ ਬਾਏ ਕੋਰੀਅਰ ਆਊਗਾ ਹਰ ਸ਼ਹਿਰ ਦਾ ਇੱਕ ਆਪਣਾ ਨਵਾਂ ਸਟਾਕ ਹੋਊਗਾ ਸਰੀ ਦਾ ਡਿਫਰੈਂਟ ਹੋਊਗਾ ਕੈਲਗਰੀ ਦਾ ਡਿਫਰੈਂਟ ਹੋਊਗਾ ਔਰ ਬ੍ਰੈਂਪਟਨ ਦਾ ਡਿਫਰੈਂਟ ਹੋਊਗਾ ਕਿਉਂਕਿ ਹਰ ਵਾਰੀ ਕੋਈ ਕਹਿ ਦਿੰਦਾ ਜੀ ਤੁਸੀਂ ਤਾਂ ਸਰੀ ਸਾਰਾ ਕੁਛ ਵੇਚ ਆਏ ਹੋ ਸਾਡੇ ਲਈ ਤਾਂ ਕੁਛ ਨਹੀਂ ਲੈ ਸਾਰਿਆਂ ਲਈ ਸੇਮ ਕੁਆਂਟਿਟੀ ਹੋਊਗੀ ਔਰ ਸੇਮ ਸਟਾਈਲ ਹੋਊਗਾ ਔਰ ਡਿਫਰੈਂਟ ਡਿਫਰੈਂਟ ਸਟਾਕ ਦੇ ਵਿੱਚ ਆਵਾਂਗੇ ਮੈਂ ਆਸ ਕਰਦੀ ਹਾਂ ਜਿੰਨਾ ਤੁਸੀਂ ਮੈਨੂੰ ਪਿਛਲੀ ਵਾਰੀ ਪਿਆਰ ਦਿੱਤਾ ਹੈ ਓਨਾ ਹੀ ਤੁਸੀਂ ਮੇਰੇ ਕੰਮ ਨੂੰ ਹੁਣ ਐਪਰੀਸ਼ੀਏਟ ਕਰੋਗੇ ਔਰ ਤੁਸੀਂ ਉਹਨੂੰ ਓਨਾ ਹੀ ਪਿਆਰ ਦਿਓਗੇ ਬਾਕੀ ਤੁਹਾਨੂੰ ਮਿਲਦੇ ਹਾਂ ਜੀ 19 ਮਈ ਨੂੰ ਦਿਨ ਸ਼ੁੱਕਰਵਾਰ ਧਾਰੀਵਾਲ ਬੈਂਕਟ ਹਾਲ ਦੇ ਵਿੱਚ ਸਤਿ ਸ਼੍ਰੀ ਅਕਾਲ